ਸਤਿ ਸ੍ਰੀ ਅਕਾਲ ਜੀ ਦਰਸ਼ਕੋ, ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ 'ਚ। ਫਿਰੋਜ਼ ਸ਼ਾਹ ਦਾ ਮਹਿਲ ਅਤੇ ਤਹਿਖਾਨੇ, ਸ਼ਹਿਰ ਦਾ ਨਾਮ ਆ ਹਿਸਾਰ, ਹਰਿਆਣਾ, ਅਤੇ ਅੱਜ ਖੜ੍ਹੇ ਹਾਂ ਹਿਸਾਰ ਦੇ ਵਿੱਚ। ਫਿਰੋਜ਼ ਸ਼ਾਹ ਨੇ 1356 ਦੇ ਵਿੱਚ ਹਿਸਾਰ ਸ਼ਹਿਰ ਵਸਾਇਆ ਸੀ। ਦਰਸ਼ਕੋ, ਮਹਿਲ ਦੇ ਅਵਸ਼ੇਸ਼ ਜਿਹੜੇ ਉਹ ਕਿਲ੍ਹੇ ਦੇ ਅੰਦਰ ਬਾਕੀ ਬਚੇ ਆ, ਅਤੇ ਜਿਹੜੇ ਤਹਿਖਾਨੇ ਆ ਬਹੁਤ ਚੰਗੀ ਹਾਲਤ ਵਿੱਚ ਅੱਜ ਵੀ ਮੌਜੂਦ ਹੈ। ਜਿਹੜਾ ਫਿਰੋਜ਼ ਸ਼ਾਹ ਰਾਜਾ ਸੀ ਨਾ, ਇਹ ਤੁੰਗਲਕ ਰਾਜਵੰਸ਼ ਵਿੱਚੋਂ ਸੀ। ਇਹਦਾ ਦਿੱਲੀ ਦੇ ਵਿੱਚ ਸ਼ਾਸਨ ਸੀ। ਉਸ ਟਾਈਮ ਫਿਰੋਜ਼ ਸ਼ਾਹ ਨੇ 300 ਤੋਂ ਵੱਧ ਦਿੱਲੀ ਦੇ ਆਸ ਪਾਸ ਸ਼ਹਿਰ ਵਸਾਏ ਸੀ। ਉਹਨਾਂ ਵਿੱਚੋਂ ਇੱਕ ਸ਼ਹਿਰ ਹੈ ਹਿਸਾਰ, ਜਿੱਥੇ ਕਿ ਅੱਜ ਆਪਾਂ ਆਏ ਹੋਏ ਹਾਂ। ਦਰਸ਼ਕ, ਇਹ ਹੈ ਲਾਟ ਮਸਜਿਦ। ਇਹ ਤਰਾਸੇ ਹੋਏ ਲਾਲ ਬਲੂਆ ਪੱਥਰਾਂ ਤੋਂ ਬਣੀ ਹੋਈ ਹੈ। ਮਸਜਿਦ ਦੇ ਚਾਰ ਦਰਵਾਜ਼ੇ ਹੈ। ਮਸਜਿਦ ਦੇ ਬਿਲਕੁਲ ਸਾਹਮਣੇ ਦੀਵਾਨੇ ਹਾਲ ਬਣਿਆ ਹੋਇਆ ਹੈ। ਇਹ ਹੈ ਰਾਜੇ ਦਾ ਸਿੰਘਾਸਨ। ਇੱਥੇ ਬੈਠ ਕੇ ਰਾਜਾ ਆਪਣੀ ਆਵਾਮ ਨੂੰ ਫਰਮਾਨ ਜਾਰੀ ਕਰਦਾ ਸੀ। ਇਹ ਸਿੰਘਾਸਨ ਦੇ ਬਿਲਕੁਲ ਨੀਚੇ ਖੂਹ ਬਣਿਆ ਹੋਇਆ ਹੈ। ਰਾਜੇ ਦਾ ਮੰਨਣਾ ਸੀ ਕਿ ਜੇ ਉਹ ਕਿਸੇ ਦੇ ਨਾਲ ਨਿਆਂ ਨਹੀਂ ਕਰੇਗਾ ਤਾਂ ਇਹ ਸਿੰਘਾਸਨ ਖੂਹ ਵਿੱਚ ਧੱਸ ਜਾਵੇਗਾ। ਬਹੁਤ ਖੂਬਸੂਰਤ ਹੈ ਦੀਵਾਨੇ ਹਾਲ। ਮਸਜਿਦ ਦੇ ਸੱਜੇ ਪਾਸੇ ਇਸਲਾਮੀ ਸਤੰਭ ਬਣਿਆ ਹੋਇਆ ਹੈ। ਦੋਸਤੋ, ਇਹ ਹੈ ਗੁਜਰੀ ਮਹਿਲ। ਫਿਰੋਜ਼ ਸ਼ਾਹ ਰਾਜੇ ਨੇ ਗੁਜਰੀ ਨਾਮ ਦੀ ਲੜਕੀ ਦੇ ਨਾਲ ਵਿਆਹ ਕੀਤਾ, ਜੋ ਕਿ ਇੱਥੇ ਦੁੱਧ ਵੇਚਣ ਦਾ ਕੰਮ ਕਰਦੀ ਸੀ। ਫਿਰੋਜ਼ ਸ਼ਾਹ ਨੇ ਗੁਜਰੀ ਨੂੰ ਆਪਣੇ ਨਾਲ ਦਿੱਲੀ ਲਿਜਾਣਾ ਚਾਹਿਆ। ਗੁਜਰੀ ਨੇ ਆਪਣੇ ਮਾਂ ਬਾਪ ਨੂੰ ਨਾਂ ਛੱਡ ਕੇ ਜਾਣ ਦਾ ਫੈਸਲਾ ਕੀਤਾ। ਕਹਿੰਦੇ ਆ ਫਿਰ ਗੁਜਰੀ ਦੇ ਰਹਿਣ ਲਈ ਇੱਥੇ ਹੀ ਬਣਾਇਆ ਸੀ ਗੁਜਰੀ ਮਹਿਲ ਅਤੇ ਇਹ ਸਾਰਾ ਕਿਲ੍ਹਾ ਜੋ ਕਿ ਅੱਜ ਆਪਾਂ ਦੇਖ ਰਹੇ ਹਾਂ। ਇਹ ਸਾਰਾ ਕਿਲ੍ਹਾ ਅਣਘੜਤ ਪੱਥਰਾਂ ਨਾਲ ਬਣਿਆ ਹੋਇਆ ਅਤੇ ਚੂਨੇ ਨਾਲ ਪਲਸਤਰ ਕੀਤਾ ਹੋਇਆ ਹੈ। ਹੁਣ ਆਪਾਂ ਚੱਲਦੇ ਹਾਂ ਤਹਿਖਾਨਿਆਂ ਦੇ ਵਿੱਚ। ਤਹਿਖਾਨੇ ਬੜੀ ਵਧੀਆ ਹਾਲਤ ਵਿੱਚ ਅੱਜ ਵੀ ਬਰਕਰਾਰ ਨੇ। ਰਾਜਾ ਇਹਨਾਂ ਤਹਿਖਾਨਿਆਂ ਵਿੱਚ ਕੈਦੀਆਂ ਨੂੰ ਅਤੇ ਜਿਹੜੀ ਰਾਜੇ ਦੀ ਸਹਿਨਾ ਸੀ ਉਹ ਆਪਣੇ ਹਥਿਆਰ ਇਹਦੇ ਵਿੱਚ ਲੁਕੋ ਕੇ ਰੱਖਦੀ ਸੀ। ਲੋੜ ਪੈਣ ਵੇਲੇ, ਜੰਗ ਲੱਗਣ ਵੇਲੇ ਉਹ ਆਪਣੇ ਆਪ ਹੀ ਇਹਦੇ ਵਿੱਚ ਲੁਕ ਜਾਂਦੀ ਸੀ।
ਗੁਜਰੀ ਮਹਿਲ ਰਾਜਾ ਅੱਜ ਤੋਂ 7 ਸਦੀਆਂ ਪਹਿਲਾਂ ਬਣਾਇਆ ਸੀ। ਸੋ ਆ ਜਾਓ ਚੱਲ ਕੇ ਦੇਖਦੇ ਹਾਂ ਨੀਚੇ। ਆਇਆ ਤੁਰਿਆ ਤੁਰਿਆ ਇਹਨਾਂ ਨੂੰ ਬੰਦ ਕੀਤਾ ਹੋਇਆ ਇਸ ਟਾਈਮ ਇਹਨਾਂ ਨੇ। ਸਾਰੇ ਦਰਸ਼ਕੋ ਦੇਖ ਸਕਦੇ ਤੁਸੀਂ, ਤਹਿਖਾਨੇ ਆ ਇਹ ਬਣੇ ਹੋਏ। ਇਹ ਜਿੰਨਾ ਵੀ ਮਹਿਲ ਹੈਗਾ ਫਿਰੋਜ਼ ਸ਼ਾਹ ਦਾ, ਸਾਰਾ ਹੀ ਅਣਘੜਤ ਪੱਥਰਾਂ ਦੇ ਨਾਲ ਬਣਾਇਆ ਹੋਇਆ ਤੇ ਚੂਨੇ ਨਾਲ ਇਹਨੂੰ ਪਲਸਤਰ ਕੀਤਾ ਹੋਇਆ ਹੈਗਾ। ਦਰਸ਼ਕ ਇਹ ਵੀ ਤਹਿਖਾਨਾ ਹੈ ਤੇ ਇਹ ਖੁੱਲਾ ਮਿਲ ਗਿਆ, ਆਪਾਂ ਚੱਲਦੇ ਅੰਦਰ ਚੱਲ ਕੇ ਦੇਖਦੇ ਹਾਂ। ਆ ਜਾ ਵੀ ਹਰਪ੍ਰੀਤ, ਇਹ ਵਾਲਾ ਵੀ ਤਹਿਖਾਨਾ ਹੈ, ਸਾਰੇ ਭੁੱਲ ਭੁਲਈਆ। ਆ ਜਾ ਆ ਜਾ ਆ ਜਾ, ਦਿਨ ਵੇਲੇ ਡਰ ਲੱਗਦਾ ਇੱਥੇ ਦਿਨ ਵੇਲੇ। ਆ ਵੀ ਇੱਕ ਹੋਰ ਦਿਖਾਈ, ਆ ਵੀ ਹਜੇ ਥੱਲੇ ਜਾਂਦੀ ਹੈ ਕੋਈ, ਪਰ ਜਾਣਾ ਨਹੀਂ ਆਪਾਂ। ਸਾਰੇ ਤਹਿਖਾਨੇ ਆ ਦਰਸ਼ਕ ਇਹ, ਤੇ ਉੱਪਰ ਚਮਗਿੱਦੜਾ ਤੇ ਸਿੱਧੀ ਦੀ ਬਾਹਰ ਜਾਣ ਚੱਲ ਗਿਆ ਪਾਮਰ ਤਾਜਾ, ਨਹੀਂ ਤਾਂ ਉੱਤੇ ਚੜਨਗੀਆਂ ਇਹ। ਹਿਸਾਰ ਦੇ ਵਿੱਚ ਹੈ ਜੀ ਫਿਰੋਜ਼ ਸ਼ਾਹ ਦਾ ਮਹਿਲ, ਤੇ ਤੁਸੀਂ ਦੇਖ ਰਹੇ ਹੋ ਤਹਿਖਾਨੇ। ਸੋ ਤਹਿਖਾਨੇ ਚੋਂ ਬਾਹਰ ਆ ਗਿਆ। ਤੁਸੀਂ ਹਿਸਾਰ ਦੇ ਹੋ? ਹਾਂ ਜੀ। ਇਹ ਮਹਿਲ ਕਿਹੜਾ ਹੈ? ਹਿਸਾਰ ਮੇ ਨਹੀਂ ਨਹੀਂ ਇਹ ਇਹ ਮਹਿਲ ਇਹ ਸੀ ਮਹਿਲ ਸੀ ਜਿਹੜਾ ਮਹਿਲ ਫਿਰੋਜ਼ ਸ਼ਾਹ ਦਾ, ਇਹ ਵਾਲਾ ਹੀ ਹੈ ਜੀ। ਹਾਂ ਜੀ ਇਹ ਤਹਿਖਾਨੇ ਆ ਨਾ। ਹਾਂ ਇਹ ਤਹਿਖਾਨੇ ਆ, ਇਹ ਟੋਟਲ ਤਹਿਖਾਨੇ ਆ। ਹਾਂ ਇੱਕ ਇਧਰ ਪਾਸੇ ਤੋੜਦੇ ਸੀ। ਕਿਆ ਇਧਰ ਪਾਸੇ ਤੋੜਦੇ ਸੀ? ਇੱਥੇ? ਹਾਂ ਇੱਥੇ। ਨਹੀਂ ਇਹ ਖੂਹ ਨਹੀਂ ਇਹ? ਹਾਂ ਖੂਹ ਹੈ। ਸਾਰੇ ਤਹਿਖਾਨੇ ਆ, ਪਤਾ ਨਹੀਂ ਲੱਗਦਾ ਕਿਹੜਾ ਰਸਤਾ ਕਿੱਧਰ ਨੂੰ ਜਾਂਦਾ। ਸੋ ਇੱਕ ਰਸਤਾ ਵੀ ਆ, ਉੱਪਰ ਚੱਲ ਕੇ ਦੇਖਦੇ ਹਾਂ ਕੀ ਕੁਛ ਹੈ। ਗੁਜਰੀ ਮਹਿਲ ਰਾਜੇ ਨੇ ਅੱਜ ਤੋਂ 7 ਸਦੀਆਂ ਪਹਿਲਾਂ ਬਣਾਇਆ ਸੀ। ਉਸ ਟਾਈਮ ਇੱਥੇ ਜੰਗਲ ਸੀ, ਜਿਹੜੇ ਇੱਥੇ ਕਬੀਲੇ ਰਹਿੰਦੇ ਸੀ, ਜਿਹੜੇ ਇੱਥੇ ਕਬੀਲੇ ਵੱਸਦੇ ਸੀ ਗੁਜਰੀ, ਉਹਨਾਂ ਵਿੱਚ ਦੁੱਧ ਵੇਚਣ ਦਾ ਕੰਮ ਕਰਦੀ ਸੀ। ਰਾਜੇ ਨਾਲ ਗੁਜਰੀ ਦੀ ਮੁਲਾਕਾਤ ਹੋਈ, ਰਾਜੇ ਨੇ ਗੁਜਰੀ ਦੇ ਨਾਲ ਵਿਆਹ ਕੀਤਾ, ਪਰ ਗੁਜਰੀ ਨੇ ਆਪਣੇ ਮਾਂ ਬਾਪ ਨੂੰ ਛੱਡ ਕੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਰਾਜੇ ਨੇ ਇੱਥੇ ਹੀ ਵਸਾਇਆ ਸੀ ਗੁਜਰੀ ਮਹਿਲ। ਫਿਰੋਜ਼ ਸ਼ਾਹ ਦਾ ਕਿਲ੍ਹਾ ਤੇ ਇੱਕ ਹਿੰਦੂ ਲੜਕੀ ਦੁੱਧ ਵੇਚਣ ਵਾਲੀ ਦੀ ਪਿਆਰ ਦੀ ਨਿਸ਼ਾਨੀ ਗੁਜਰੀ ਮਹਿਲ। ਸੋ ਮਿਲਦੇ ਹਾਂ ਜਲਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਧੰਨਵਾਦ।